ਵਿਓਮਿੰਗ ਤੋਂ ਮਿਲੀ ਲਾਸ਼ ਗੈਬਰੀਅਲ ਪੈਟੀਟੋ ਦੀ ਹੋਣ ਦਾ ਸ਼ੱਕ। ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਵਿਓਮਿੰਗ ਤੋਂ ਮਿਲੀ ਲਾਸ਼ ਗੈਬਰੀਅਲ ਗੈਬੀ ਪੈਟੀਟੋ ਦੀ ਹੈ। ਇਹ ਲੜਕੀ ਆਪਣੇ ਬੁਆਏਫ੍ਰੈਂਡ ਨਾਲ ਕ੍ਰੋਸ ਕੰਟਰੀ ਟਰੈਕ ਉੱਤੇ ਜਾਣ ਤੋਂ ਬਾਅਦ ਤੋਂ ਲਾਪਤਾ ਸੀ। ਹੁਣ ਅਧਿਕਾਰੀ ਗੈਬਰੀਅਲ ਦੇ ਬੁਆਏਫ੍ਰੈਂਡ ਦੀ ਭਾਲ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਉਹ ਹੀ ਮਸ਼ਕੂਕ ਹੈ। ਉਸ ਦੀ ਭਾਲ ਫਲੋਰੀਡਾ ਨੇਚਰ ਪ੍ਰੀਜ਼ਰਵ ਵਿੱਚ ਕੀਤੀ ਜਾ ਰਹੀ ਹੈ। FBI ਨੇ ਆਖਿਆ ਕਿ ਇਹ ਲਾਸ਼ ਪਿਛਲੇ 2 ਦਿਨ ਤੋਂ ਗੈਬਰੀਅਲ ਦੀ ਭਾਲ ਕਰ ਰਹੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੂੰ ਮਿਲੀ ਹੈ। FBI ਦੇ ਸੁਪਰਵਾਈਜ਼ਰੀ ਸਪੈਸ਼ਲ ਏਜੰਟ ਚਾਰਲ ਜ਼ੋਨਸ ਨੇ ਦੱਸਿਆ ਕਿ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਹਨਾਂ ਆਖਿਆ ਕਿ ਅਜੇ ਫੋਰੈਂਸਿਕ ਜਾਂਚ ਵਿੱਚ ਇਸ ਗੱਲ ਦੀ 100% ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਲਾਸ਼ ਗੈਬੀ ਦੀ ਹੈ, ਪਰ ਫਿਰ ਵੀ ਉਸਦੇ ਘਰਦਿਆਂ ਨੂੰ ਇਸ ਸੰਬੰਧ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ। ਪੈਟੀਟੋ ਦੇ ਪਰਿਵਾਰ ਲਈ ਬੁਲਾਰੇ ਦਾ ਕੰਮ ਕਰ ਰਹੇ ਅਟਾਰਨੀ ਰਿਚਰਡ ਬੈਂਸਨ ਨੇ ਆਖਿਆ ਕਿ ਇਸ ਸਮੇਂ ਪਰਿਵਾਰ ਨੂੰ ਥੋੜ੍ਹੀ ਗ੍ਰੈਂਡ ਟੈਟਨ ਦਾ ਪੂਰਵੀ ਹਿੱਸਾ ਹਾਲ ਦੀ ਕੜੀ ਵਿੱਚ ਜਾਂਚ ਲਈ ਬੰਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੈਟੀਟੋ ਅਤੇ ਉਸਦਾ ਬੁਆਏਫ੍ਰੈਂਡ ਲਾਂਡਰੇ ਅਮਰੀਕਾ ਦੇ ਪੱਛਮੀ ਹਿੱਸੇ ਵਿੱਚ ਸਥਿਤ ਨੈਸ਼ਨਲ ਪਾਰਕਸ ਵਿੱਚ ਘੁੰਮਣ ਫਿਰਨ ਲਈ ਕ੍ਰੋਸ ਕੰਟਰੀ ਟਰੈਕ ਉੱਤੇ ਜੁਲਾਈ ਵਿੱਚ ਰਵਾਨਾ ਹੋਏ ਸਨ। ਪੁਲਿਸ ਨੇ ਦੱਸਿਆ ਕਿ 1 ਸਤੰਬਰ ਨੂੰ ਜਦੋਂ ਲਾਂਡਰੇ ਨੌਰਥ ਪੋਰਟ ਫਲੋਰੀਡਾ ਆਪਣੇ ਮਾਪਿਆਂ ਕੋਲ ਆਪਣੀ ਵੈਨ ਵਾਪਸ ਲੈ ਕੇ ਪਹੁੰਚਾ ਸੀ ਤਾਂ ਉਹ ਇਕੱਲਾ ਹੀ ਸੀ। ਹੁਣ ਪੁਲਿਸ ਲਾਂਡਰੇ ਦੀ ਭਾਲ ਕਰ ਰਹੀ ਹੈ।